ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਪੰਜਾਬੀ ਚੈਨਲ ਤੇ ਤੇ ਅਸੀਂ ਕਰ ਰਹੇ ਹਾਂ ਅੱਜ ਦੇ ਬਾਬਾ ਫਰੀਦ ਹਾਂਜੀ ਫਰਸਟ ਕੁਸ਼ਚਨ ਹੈ ਬਾਬਾ ਫਰੀਦ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ 1173 ਕੋਤਵਾਲ ਮੁਲਤਾਨ ਮੁਲਤਾਨ ਵਿੱਚ ਠੀਕ ਹੈ ਹਿਜਰੀ ਅਗਰ ਪੁੱਛਿਆ ਜਾਂਦਾ ਹੈ ਤੇ 569 ਹਿਜਰੀ ਉਹਨਾਂ ਦੀ ਉਮਰ ਕਿੰਨੀ ਹੋਈ ਸੀ 93 ਸਾਲ ਬਾਬਾ ਫਰੀਦ ਜੀ ਦੇ ਮਾਤਾ ਪਿਤਾ ਦਾ ਨਾਂ ਦੱਸੋ ਪਿਤਾ ਜਮਾਲੁਦੀਨ ਸੁਲੇਮਾਨ ਮਾਤਾ ਮਰੀਮ ਕਰਸੂਮ ਖਾਤੂਨ ਕੀ ਫਰੀਦ ਜੀ ਸਿਰਇਤ ਦੇ ਲਈ ਕੱਟਰ ਸਨ ਨਹੀਂ ਕੱਟਰ ਨਹੀਂ ਸਨ ਸਿਰਇਤ ਵਿੱਚ ਵਿਸ਼ਵਾਸ ਰੱਖਦੇ ਸਨ ਫਰੀਦ ਜੀ ਦੀ ਮਜ਼ਾਰ ਕਿੱਥੇ ਹੈ ਪਾਕਪਟਨ ਦਿੱਲੀ ਵਿੱਚ ਉੱਥੇ ਉਹਨਾਂ ਦਾ ਦੇਹਾਂਤ ਹੋਇਆ ਸੀ ਤੇ ਉੱਥੇ ਉਹਨਾਂ ਦੀ ਮਜ਼ਾਰ ਬਣੀ ਹੋਈ ਹੈ ਪਾਕਪਟਨ ਦਿੱਲੀ ਵਿੱਚ ਫਰੀਦ ਜੀ ਕਿੰਵੀਂ ਈਸਵੀ ਵਿੱਚ ਜੋਤੀ ਜੋ ਸਮਾਏ 1268 ਵਿੱਚ ਫਰੀਦ ਜੀ ਕਿਸ ਸੰਪਰਦਾਇ ਨਾਲ ਸੰਬੰਧਿਤ ਸੀ ਚਿਸਤੀ ਸੰਪਰਦਾਇ ਨਾਲ ਫਰੀ ਜੀ ਦੇ ਸਮੇਂ ਦੂਜਾ ਪਰਚਲਿਤ ਬਹੁ ਪ੍ਰਸਿੱਧ ਸੰਪਰਦਾਇ ਕਿਹੜਾ ਸੀ ਸੋਹਰਾਵਰਤੀ ਬਾਬਾ ਫਰੀਦ ਜੀ ਦੇ ਕਿੰਨੇ ਸ਼ਬਦ ਮਿਲਦੇ ਹਨ ਚਾਰ ਦੁਆਸਰਾਗ ਵਿੱਚ ਤੇ ਦੋ ਸੂਹੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ ਕਿੰਨੇ ਸ਼ਲੋਕ ਦਰਜ ਹਨ 112 112 ਸ਼ਲੋਕ ਤੇ ਚਾਰ ਸ਼ਬਦ ਇਹ ਕੁਐਸਚਨ ਮਾਸਟਰ ਕੈਡਰ ਪੇਪਰ ਵਿੱਚ ਪੁੱਛਿਆ ਵੀ ਗਿਆ ਸੀ। ਬਾਬਾ ਫਰੀਦ ਜੀ ਦੇ ਖਾਸ ਚੇਲੇ ਦਾ ਨਾਮ ਕੀ ਸੀ? ਨizamuddin Awliya। ਪਹਿਲਾ ਉਹਨਾਂ ਦਾ ਨਾਮ ਕੀ ਸੀ? ਸੈਦ ਮੁਹੰਮਦ ਬਦਯੂਨੀ ਸੀ। ਚਿੰਸੀ ਸੰਪਰਦਾਇ ਦਾ ਮੁੱਖ ਕੇਂਦਰ ਕਿਹੜਾ ਸੀ? ਦਿੱਲੀ। बाबा फरीद जी का पूरा ना सी शेख फरीदुद्दीन मसूद शकरगंज फरीद जी का उत्तराधिकारी कौन सी निजामुद्दीन ओलिया फरीद जी देशद का की काकी फरीद जी की बाणी किस भाषा का प्रभाव है मुल्तानी तहती का ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਨੂੰ ਹਾਸਲ ਕਰਨ ਦਾ ਰਸਤਾ ਕਿਸ ਮਤ ਵਿੱਚ ਦੱਸਿਆ ਗਿਆ ਹੈ ਸੂਫੀ ਮਤ ਵਿੱਚ ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਵੱਲ ਫਰੀਦ ਜੀ ਕਿਸ ਸਦੀ ਦੇ ਸੂਫੀ ਕਵੀ ਸਨ 12ਵੀਂ ਦੇ 13ਵੀਂ ਸਦੀ ਦੇ ਨਕਸ਼ਬੰਦੀ ਸੰਪਰਦਾਇ ਦਾ ਮੁੱਖ ਕੇਂਦਰ ਕਿਹੜਾ ਸੀ ਸਰਹਿੰਦ ਸੂਫੀ ਮਤ ਵਿੱਚ ਕਿੰਨੇ ਪੜਾ ਹਨ ਚਾਰ ਸਰੀਰਤ ਤਰੀਕਤ ਮਾਰਫਤ ਤੇ ਹਕੀਕਤ ਸੂਹਰਾਵਾਦੀ ਸੰਪਰਦਾਇ ਦਾ ਮੁੱਖ ਕੇਂਦਰ ਕਿਹੜਾ ਸੀ ਮੁਲਤਾਨ ਫਰੀਦ ਜੀ ਨੂੰ ਬਚਪਨ ਵਿੱਚ ਕੀ ਕਹਿੰਦੇ ਸਨ ਕਾਜੀ ਬੱਚਾ دیਵਾਨਾ ਫਰੀਦ ਜੀ ਨੂੰ ਬਾਣੀ ਦੀ ਮਿਠਾਸ ਕਰਕੇ ਕੀ ਕਹਿੰਦੇ ਸਨ ਸ਼ਕਰਗੰਜ ਫਰੀਦ ਜੀ ਨੂੰ ਕਿਹੜੀਆਂ ਭਾਸ਼ਾਵਾਂ ਦਾ ਗਿਆਨ ਸੀ ਅਰਬੀ ਫਾਰਸੀ ਹਿੰਦੀ ਪੰਜਾਬੀ ਇਹਨਾਂ ਸਾਰੀਆਂ ਭਾਸ਼ਾਵਾਂ ਦਾ ਗਿਆਨ ਸੀ ਫਰੀਦ ਫਰੀਦ ਜੀ ਦੀ કુલ ਉਮਰ ਕਿੰਨੀ ਸੀ 93 ਸਾਲ ਫਰੀਦ ਜੀ ਨੇ ਕਿਹੜੇ ਕਾਵਿ ਰੂਪ ਵਰਤੇ ਹਨ ਸ਼ਬਦ ਤੇ ਸ਼ਲੋਕ ਫਰੀਦ ਜੀ ਦੀ ਬਾਤਕ ਹੈ ਨਸੀਹਤਨਾਮਾ ਪਦਤੀਨਾਮਾ ਗੁਰੂ ਨਾਨਕ ਦੇਵ ਜੀ ਨੇ ਬਾਬਾ ਫਰੀਦ ਜੀ ਦੀ ਬਾਣੀ ਲਗਭਗ ਕਿੰਨੇ ਸਾਲਾਂ ਬਾਅਦ ਪ੍ਰਾਪਤ ਕੀਤੀ 300 ਸਾਲ 300 ਸਾਲ ਬਾਅਦ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ ਨਾਮ ਹੇਠ ਕਿੰਨੇ ਸ਼ਲੋਕ ਦਰਜ ਹਨ 130 130 ਸ਼ਲੋਕ ਦਰਜ ਹਨ ਆਪ ਦੇ ਨਾਮ ਹੇਠ ਫਰੀਦ ਜੀ ਨੇ ਪਰਮਾਤਮਾ ਦੀ ਪ੍ਰਾਪਤੀ ਲਈ ਕਿਹੜੀ ਚੀਜ਼ ਧਾਰਨ ਕਰਨ ਲਈ ਕਿਹਾ ਹੈ ਨਿਮਰਤਾ ਇਹ ਹੈ ਪਰਮਾਤਮਾ ਦੇ ਦਰਤੇ ਕਿਹੜਾ ਮਨੁੱਖ ਕਬੂਲ ਹੁੰਦਾ ਹੈ ਨਿਮਮਤਾ ਧਾਰਨ ਕਰਨ ਵਾਲਾ ਮੋਹਨ ਸਿੰਘ دیوانਾ ਅਨੁਸਾਰ ਫਰੀਦ ਜੀ ਦਾ ਜਨਮ ਕਦੋਂ ਹੋਇਆ 1186 ਵਿੱਚ ਮੋਲਾ ਬਖਸ਼ ਕੁਸਤਾ ਅਨੁਸਾਰ ਫਰੀਦ ਜੀ ਦਾ ਜਨਮ ਕਦੋਂ ਹੋਇਆ 1173 ਵਿੱਚ ਜੋ ਅਸੀਂ ਕਰ ਰਹੇ ਹਾਂ ਮੋਲਾ ਬਖਸ਼ ਕੁਸ਼ਤ ਅਨੁਸਾਰ ਮਸੱਲਾ ਦਾ ਕੀ ਅਰਥ ਹੈ ਨਮਾਜ਼ ੜਨ ਵਾਲੀ ਧਰੀ ਫਰੀਦ ਜੀ ਨੇ ਪ੍ਰਭੂ ਭਗਤੀ ਲਈ ਸਭ ਤੋਂ ਪਹਿਲਾ ਕਿਹੜਾ ਅਲੰਕਾਰ ਵਰਤਿਆ ਪਤੀ ਪਤਨੀ ਦਾ ਸੰਤ ਸਿੰਘ ਸੇਖੋ ਫਰੀਦ ਜੀ ਨੂੰ ਡੈਸ਼ ਕਵੀ ਆਖਦੇ ਹਨ ਰੂਪਵਾਦੀ ਤੋਹਿੰਦ ਦਾ ਕੀ ਅਰਥ ਹੈ ਇੱਕ ਰੱਬ ਵਿੱਚ ਵਿਸ਼ਵਾਸ ਸਿਰਕਤੋ ਕੀ ਪਾਵ ਹੈ ਰੱਬ ਨਾਲ ਕਿਸੇ ਹੋਰ ਦੀ ਪੂਜਾ ਫਰੀਦ ਜੀ ਦੇ ਦਾਦਾ ਜੀ ਦਾ ਕੀ ਨਾਂ ਹੈ ਕਾਜੀ ਸੁਆਬ ਕਾਜੀ ਸੁਆਬ ਫਰੀਦ ਜੀ ਦੀ ਆਪਣੇ ਮੁਰਸ਼ਿਦ ਨਾਲ ਪਹਿਲੀ ਮੁਲਾਕਾਤ ਕਿੱਥੇ ਹੋਈ ਸੀ ਮੁਲਤਾਨ ਵਿੱਚ ਫਰੀਦਕੋਟ ਦਾ ਪੁਰਾਣਾ ਨਾਂ ਕੀ ਸੀ ਮੋਕਲਨਗਰ ਠੀਕ ਹੈ ਫਰੀਦਕੋਟ ਦਾ ਨਾਂ ਵੀ ਜਿਹੜਾ ਸੀ ਬਾਬਾ ਫਰੀਦ ਜੀ ਦੇ ਨਾਮ ਤੋਂ ਹੀ ਪਿਆ ਸੀ ਫਰੀਦਕੋਟ ਪੰਜਾਬੀ ਵਿੱਚ ਚੋਸਰ ਦਾ ਦਰਜਾ ਕਿਸ ਨੂੰ ਪ੍ਰਾਪਤ ਹੈ ਬਾਬਾ ਫਰੀਦ ਜੀ ਨੂੰ ਫਰੀਦ ਜੀ ਨੂੰ ਪੀਰਾਂ ਦਾ ਪੀਰ ਕਿਸ ਨੇ ਕਹਾ ਹੈ ਹਜ਼ਰਤ ਹਜ਼ਰਤ ਕਿਰਮਾਨੀ ਨੇ ਕਿਰਮਾਨੀ ਕਾਫਰ ਦਾ ਕੀ ਅਰਥ ਹੈ ਰੱਬ ਨੂੰ ਨਾਮ ਮੰਨਣ ਵਾਲਾ ਫਰੀਦ ਜੀ ਜੀਵਾਤਮਾ ਨੂੰ ਕਿਹੜਾ ਮੰਤਰ ਧਾਰਨ ਕਰਨ ਲਈ ਕਹਿੰਦੇ ਹਨ ਨਿਮਰਤਾ ਤੇ ਮਿਠਾਸ ਮਿੱਠਾ ਬੋਲਣ ਵਾਲਾ ਨਿਮਰਤਾ ਤੇ ਮਿੱਠਾ ਬੋਲਣ ਫਰੀਦ ਜੀ ਦੇ ਪਿਤਾ ਕਿਸ ਖਾਨਦਾਨ ਨਾਲ ਸੰਬੰਧਿਤ ਸਬੰਧਿਤ ਸੰ ਗੱਜਨੀ ਬਾਬਾ ਫਰੀਦ ਜੀ ਦੀ ਗੱਦੀ ਅੱਜ ਕੱਲ ਕਿੱਥੇ ਲੱਗਦੀ ਹੈ ਪਾਕਪਟਨ ਦਿੱਲੀ ਵਿੱਚ ਮੁਹੰਮਦ ਸਾਹਿਬ ਤੋਂ ਬਾਅਦ ਖਲੀਫਾ ਕੌਣ ਬਣਿਆ ਮੁਹੰਮਦ ਸਾਹਿਬ ਤੋਂ ਬਾਅਦ ਖਲੀਫਾ ਕੌਣ ਬਣਿਆ ਅਬੂ ਬਕਰ ਇਸ਼ਕ ਮਜਾਜੀ ਤੇ ਇਸ਼ਕ ਹਕੀਕੀ ਦੇ ਰਸਤੇ ਚੱਲ ਕੇ ਕਿਸ ਨੂੰ ਪਾਇਆ ਜਾ ਸਕਦਾ ਹੈ ਅਰਬ ਨੂੰ ਸੂਫੀ ਮਤ ਦਾ ਜਨਮ ਕੇਂਦਰ ਕਿਹਣਾ ਹੈ ਅਰਬ ਦੇਸ਼ ਸੂਫੀ ਜਿਹੜਾ ਸ਼ਬਦ ਹੈ ਉਹ ਵੀ ਅਰਬੀ ਸ਼ਬਦ ਤੋਂ ਹੀ ਬਣਿਆ ਹੈ ਬਾਬਾ ਫਰੀਦ ਜੀ ਦਾ ਦਿਹਾਂਤ ਕਿੱਥੇ ਹੋਇਆ ਸੀ ਪਾਕਪਟਨ ਦਿੱਲੀ ਵਿੱਚ ਕਿੰਵੇਂ ਪੜਾ ਦਾ ਸੂਫੀ ਕਵੀ ਹੈ ਪਹਿਲੇ ਪੜਾ ਦਾ ਸੂਫੀ ਕਵੀ ਡਾਕਟਰ ਦੀਵਾਨ ਸਿੰਘ ਅਨੁਸਾਰ ਠੀਕ ਹੈ ਇਹਨਾਂ ਨੂੰ ਇਤਿਹਾਸਿਕ ਪੜਾਅ ਦਾ ਕبھی ਵੀ ਕਿਹਾ ਜਾਂਦਾ ਹੈ ਪੰਜਾਬੀ ਸਾਹਿਤ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਪੰਜਾਬੀ ਸਾਹਿਤ ਦਾ ਮੀਲ ਪੱਥਰ ਵੀ ਕਿਹਾ ਜਾਂਦਾ ਹੈ ਹਜ਼ਰਤ ਕਿਰਮਾਨੀ ਅਨੁਸਾਰ ਪੀਰਾਂ ਦਾ ਪੀਰ ਰਚਨਾ ਦਾ ਮੁੱਖ ਵਿਸ਼ਾ ਹੈ ਸੰਸਾਰ ਦੀ ਨਾਸ਼ਮਾਨਤਾ ਕਿਸ ਸਥਾਨ ਨਾਲ ਵਦੇਰੇ ਸੰਬੰਧ ਰਿਹਾ ਮਲਤਾਨ ਨਾਲ ਆਪ ਨੂੰ ਕਾਜੀ ਬੱਚਾ دیوانਾ ਤੇ ਸ਼ਕਰਗੰਜ ਦੇ ਨਾਣਾ ਵੀ ਜਾਣਿਆ ਚਾਹੁੰਦਾ ਹੈ ਫਰੀਦਕੋਟ ਸ਼ਹਿਰ ਵਿੱਚ ਗੁਰਦੁਆਰਾ ਗੋਦੜੀ ਗੋਦੜੀ ਸਾਹਿਬ ਤੇ ਟਿੱਲਾ ਬਾਬਾ ਫਰੀਦ ਤੇ ਐਸੀ ਬਾਬਾ ਫਰੀਦ ਜੀ ਬਾਰੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ